ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਗਏ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਦਰਅਸਲ ਇਹ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਮੈਕਲੋਡਗੰਜ ਘੁੰਮਣ ਦੇ ਲਈ ਗਿਆ ਸੀ ਤੇ ਉੱਥੇ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਕੁਝ ਵਿਵਾਦ ਹੁੰਦਾ ਹੈ ਤੇ ਵਿਵਾਦ ਇਸ ਕਦਰ ਵੱਧ ਜਾਂਦਾ ਹੈ ਕਿ ਇਸ ਨੌਜਵਾਨ ਦੀ ਉਸ ਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਗਏ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ। ਦਰਅਸਲ ਇਹ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਮੈਕਲੋਡਗੰਜ ਘੁੰਮਣ ਗਿਆ ਸੀ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਦੇ ਲਈ ਬੈਠੇ ਹੋਏ ਸੀ ਤਾਂ ਖਾਣ ਪੀਣ ਨੂੰ ਲੈ ਕੇ ਵਿਵਾਦ ਹੁੰਦਾ ਤੇ ਵਿਵਾਦ ਇਸ ਕਦਰ ਵੱਧ ਜਾਂਦਾ ਹੈ ਕਿ ਇਸ ਨੌਜਵਾਨ ਨੂੰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ। ਦੱਸੀਏ ਕਿ ਇਹ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਵਿਅਕਤੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦੇ ਘਰ ਦੇ ਵਿੱਚ 7 ਜੀ ਨੇ ਤੇ 7 ਜੀਆਂ ਦੇ ਵਿੱਚੋਂ ਇਹ ਨੌਜਵਾਨ ਇਕੱਲਾ ਕਮਾਉਂਦਾ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਵਿਆਹ ਨੂੰ ਹਾਲੇ ਬਹੁਤਾ ਚਿਰ ਨਹੀਂ ਸੀ ਹੋਇਆ, 2 ਸਾਲ ਹੀ ਹੋਏ ਸੀ ਇਸਦੇ ਵਿਆਹ ਨੂੰ ਤੇ ਇੱਕ ਸਾਲ ਦਾ ਬੇਟਾ ਇਸਦੇ ਘਰ ਸੀਗਾ ਤੇ ਹੁੰਦਾ ਸੀ ਕਿ ਇਸ ਘਟਨਾ ਤੋਂ ਬਾਅਦ 1 ਸਾਲ ਦੇ ਬੱਚੇ ਦੇ ਸਿਰੋਂ ਉਸਦੇ ਬਾਪ ਦਾ ਸਾਇਆ ਉੱਠ ਚੁੱਕਿਆ। ਦੱਸਦੀ ਕਿ ਇਹ ਨੌਜਵਾਨ ਫਗਵਾੜਾ ਦੇ ਗੁਰੂ ਤੇਗ ਬਹਾਦਰ ਨਗਰ ਟਿੱਬੀ ਰੋਡ ਦਾ ਰਹਿਣ ਵਾਲਾ ਸੀਗਾ ਤੇ ਦੱਸਿਆ ਜਾ ਰਿਹਾ ਕਿ ਆਪਣੇ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਬੀਤੇ ਦਿਨੀ ਹਿਮਾਚਲ ਦੇ ਮੈਕਲੋਡਗੰਜ ਗਿਆ ਸੀ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਬੈਠੇ ਹੋਏ ਸੀ ਤੇ ਦੱਸਿਆ ਜਾ ਰਿਹਾ ਕਿ ਵੇਟਰ ਉੱਥੇ ਪਹੁੰਚਦਾ ਉਸਦੇ ਵੱਲੋਂ ਖਾਣੇ ਦਾ ਆਰਡਰ ਲਿਖਵਾਉਣ ਲਈ ਕਿਹਾ ਜਾਂਦਾ ਪਰ ਇਸਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਖਾਣਾ ਨਹੀਂ ਖਾਣਾ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੁਝ ਸਮੇਂ ਬਾਅਦ ਵੇਟਰ ਫਿਰ ਆਉਂਦਾ ਤੇ ਉਸਦੇ ਵੱਲੋਂ ਕਿਹਾ ਜਾਂਦਾ ਕਿ ਇੱਥੇ ਸ਼ਰਾਬ ਪੀਣੀ ਮਨਾ ਹੈ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸ਼ਰਾਬ ਪੀਣ ਦੇ ਲਈ ਨਹੀਂ ਆਏ ਇੱਥੇ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਫਿਰ ਵੇਟਰ ਉਹਨਾਂ ਨੂੰ ਉੱਥੋਂ ਜਾਣ ਲਈ ਕਹਿੰਦਾ। ਇਲਜ਼ਾਮ ਲੱਗ ਰਿਹਾ ਵੇਟਰ ਦੇ ਉੱਪਰ ਕਿ ਉਸਨੇ ਨੌਜਵਾਨ ਨੂੰ ਧੱਕਾ ਦਿੱਤਾ ਜਿਸਦੇ ਕਾਰਨ ਵਿਵਾਦ ਹੋਇਆ ਤੇ ਵਿਵਾਦ ਹੋਣ ਤੋਂ ਬਾਅਦ ਵਿਵਾਦ ਲੜਾਈ ਝਗੜੇ ਦੇ ਵਿੱਚ ਤਬਦੀਲ ਹੋਇਆ। ਉਸ ਤੋਂ ਬਾਅਦ ਇਸ ਨੌਜਵਾਨ ਦੇ ਸੱਟ ਲੱਗਦੀ ਹੈ, ਹੇਠਾਂ ਡਿੱਗ ਜਾਂਦਾ ਤੇ ਹੇਠਾਂ ਡਿੱਗ ਜਾਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਜਿੱਥੇ ਇਸਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਾਮਲੇ ਦੀ ਜਾਂਚ ਹੁਣ ਪੁਲਿਸ ਅਧਿਕਾਰੀ ਕਰ ਰਹੇ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰਾਂ ਦੇ ਵੱਲੋਂ 6 ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਜਿਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲੇਟਿਨ। ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਗਏ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਦਰਅਸਲ ਇਹ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਮੈਕਲੋਡਗੰਜ ਘੁੰਮਣ ਦੇ ਲਈ ਗਿਆ ਸੀ ਤੇ ਉੱਥੇ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਕੁਝ ਵਿਵਾਦ ਹੁੰਦਾ ਤੇ ਵਿਵਾਦ ਇਸ ਕਦਰ ਵੱਧ ਜਾਂਦਾ ਕਿ ਇਸ ਨੌਜਵਾਨ ਦੀ ਉਸ ਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਗਏ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ। ਦਰਅਸਲ ਇਹ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਮੈਕਲੋਡਗੰਜ ਘੁੰਮਣ ਗਿਆ ਸੀ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਦੇ ਲਈ ਬੈਠੇ ਹੋਏ ਸੀ ਤਾਂ ਖਾਣ ਪੀਣ ਨੂੰ ਲੈ ਕੇ ਵਿਵਾਦ ਹੁੰਦਾ ਤੇ ਵਿਵਾਦ ਇਸ ਕਦਰ ਵੱਧ ਜਾਂਦਾ ਕਿ ਇਸ ਨੌਜਵਾਨ ਨੂੰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ। ਦੱਸੀਏ ਕਿ ਇਹ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਵਿਅਕਤੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦੇ ਘਰ ਦੇ ਵਿੱਚ 7 ਜੀ ਨੇ ਤੇ 7 ਜੀਆਂ ਦੇ ਵਿੱਚੋਂ ਇਹ ਨੌਜਵਾਨ ਇਕੱਲਾ ਕਮਾਉਂਦਾ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਵਿਆਹ ਨੂੰ ਹਾਲੇ ਬਹੁਤਾ ਚਿਰ ਨਹੀਂ ਸੀ ਹੋਇਆ, 2 ਸਾਲ ਹੀ ਹੋਏ ਸੀ ਇਸਦੇ ਵਿਆਹ ਨੂੰ ਤੇ ਇੱਕ ਸਾਲ ਦਾ ਬੇਟਾ ਇਸਦੇ ਘਰ ਸੀਗਾ ਤੇ ਹੁੰਦਾ ਸੀ ਕਿ ਇਸ ਘਟਨਾ ਤੋਂ ਬਾਅਦ 1 ਸਾਲ ਦੇ ਬੱਚੇ ਦੇ ਸਿਰੋਂ ਉਸਦੇ ਬਾਪ ਦਾ ਸਾਇਆ ਉੱਠ ਚੁੱਕਿਆ। ਦੱਸਦੀ ਕਿ ਇਹ ਨੌਜਵਾਨ ਫਗਵਾੜਾ ਦੇ ਗੁਰੂ ਤੇਗ ਬਹਾਦਰ ਨਗਰ ਟਿੱਬੀ ਰੋਡ ਦਾ ਰਹਿਣ ਵਾਲਾ ਸੀਗਾ ਤੇ ਦੱਸਿਆ ਜਾ ਰਿਹਾ ਕਿ ਆਪਣੇ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਬੀਤੇ ਦਿਨੀ ਹਿਮਾਚਲ ਦੇ ਮੈਕਲੋਡਗੰਜ ਗਿਆ ਸੀ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਬੈਠੇ ਹੋਏ ਸੀ ਤੇ ਦੱਸਿਆ ਜਾ ਰਿਹਾ ਕਿ ਵੇਟਰ ਉੱਥੇ ਪਹੁੰਚਦਾ ਉਸਦੇ ਵੱਲੋਂ ਖਾਣੇ ਦਾ ਆਰਡਰ ਲਿਖਵਾਉਣ ਲਈ ਕਿਹਾ ਜਾਂਦਾ ਪਰ ਇਸਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਖਾਣਾ ਨਹੀਂ ਖਾਣਾ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੁਝ ਸਮੇਂ ਬਾਅਦ ਵੇਟਰ ਫਿਰ ਆਉਂਦਾ ਤੇ ਉਸਦੇ ਵੱਲੋਂ ਕਿਹਾ ਜਾਂਦਾ ਕਿ ਇੱਥੇ ਸ਼ਰਾਬ ਪੀਣੀ ਮਨਾ ਹੈ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸ਼ਰਾਬ ਪੀਣ ਦੇ ਲਈ ਨਹੀਂ ਆਏ ਇੱਥੇ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਫਿਰ ਵੇਟਰ ਉਹਨਾਂ ਨੂੰ ਉੱਥੋਂ ਜਾਣ ਲਈ ਕਹਿੰਦਾ। ਇਲਜ਼ਾਮ ਲੱਗ ਰਿਹਾ ਵੇਟਰ ਦੇ ਉੱਪਰ ਕਿ ਉਸਨੇ ਨੌਜਵਾਨ ਨੂੰ ਧੱਕਾ ਦਿੱਤਾ ਜਿਸਦੇ ਕਾਰਨ ਵਿਵਾਦ ਹੋਇਆ ਤੇ ਵਿਵਾਦ ਹੋਣ ਤੋਂ ਬਾਅਦ ਵਿਵਾਦ ਲੜਾਈ ਝਗੜੇ ਦੇ ਵਿੱਚ ਤਬਦੀਲ ਹੋਇਆ। ਉਸ ਤੋਂ ਬਾਅਦ ਇਸ ਨੌਜਵਾਨ ਦੇ ਸੱਟ ਲੱਗਦੀ ਹੈ, ਹੇਠਾਂ ਡਿੱਗ ਜਾਂਦਾ ਤੇ ਹੇਠਾਂ ਡਿੱਗ ਜਾਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਜਿੱਥੇ ਇਸਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਾਮਲੇ ਦੀ ਜਾਂਚ ਹੁਣ ਪੁਲਿਸ ਅਧਿਕਾਰੀ ਕਰ ਰਹੇ ਹੈ ਤੇ ਇਸ ਮਾਮਲੇ ਦੇ ਵਿੱਚ
ਪੁਲਿਸ ਅਫਸਰਾਂ ਦੇ ਵੱਲੋਂ 6 ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ, ਜਿਨ੍ਹਾਂ ਦੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲੇਟਿਨ।